ਦੋਸਤੋ ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਤੇ ਵਿੱਚ ਸਮਾਜਿਕ ਸਿੱਖਿਆ ਦੇ ਮਲਟੀਪਲ ਚੁਆਇਸ ਕੁਐਸਚਨ ਤੇ ਪਾਰਟ ਨੰਬਰ 7 ਸ਼ੇਅਰ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਸਮਾਜਿਕ ਸਿੱਖਿਆ ਤੇ ਨਾਲ ਰਿਲੇਟਡ ਮਲਟੀਪਲ ਚੁਆਇਸ ਕੁਐਸਚਨ ਦੇ ਪਾਰਟ 1 ਤੋਂ ਲੈ ਕੇ 6 ਤੱਕ ਡਿਸਕਸ ਕਰ ਚੁੱਕੇ ਹਾਂ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਤੁਸੀਂ ਜਨਰਲੀ ਸ਼ੁਰੂ ਕਰਦੇ ਹਾਂ ਸਮਾਜਿਕ ਸਿੱਖਿਆ ਦੇ ਮਲਟੀਪਲ ਮੋਸਟ ਇੰਪੋਰਟੈਂਟ MCQ ਜਿਸ ਦਾ ਪਹਿਲਾ ਕੁਸ਼ਚਨ ਤੁਸੀਂ ਸਕਰੀਨ ਦੇ ਦੇਖ ਸਕਦੇ ਹੋ ਇੱਕ ਸਾਲ ਦੇ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕ ਤੋਂ ਜ਼ਿਆਦਾ ਵਾਰ ਫਸਲ ਬੀਜਣ ਨੂੰ ਕੀ ਕਹਿੰਦੇ ਹਨ ਇਸ ਆਪਸ਼ਨ ਹੈ ਜੀ ਖਰੀਫ ਫਸਲ ਬਹੁ ਖੇਤੀ ਫਸਲ ਰਬੀ ਫਸਲ ਜਾਂ ਚੰਗੀ ਫਸਲ ਤੇ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੈਕੰਡ ਹੈ ਨੂੰ ਕਿੰਨੇ ਸੀ ਬਹੁ ਖੇਤੀ ਨੈਕਸਟ ਕੁਸ਼ਚਨ ਨੰਬਰ 2 ਹੈ ਜਿਸ ਵਿੱਚ ਡੈਸ਼ ਖੇਤਰ ਵਿੱਚ ਮਜ਼ਦੂਰ ਕੋਈ ਵੀ ਭੌਤਿਕ ਵਸਤੂ ਦਾ ਉਤਪਾਦਨ ਨਹੀਂ ਕਰਦਾ ਆਪਸ਼ਨ ਨੇ ਮੁੰਡਲਾ ਖੇਤਰ ਗੌਣ ਖੇਤਰ ਤੀਜਾ ਖੇਤਰ ਜਾਂ ਅੰਤਿਮ ਖੇਤਰ ਤੇ ਇਸ ਦਾ ਰਾਈਟ ਆਨਸਰ ਹੈ ਜੀ ਤੀਜਾ ਖੇਤਰ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ অপশন এ 1953 ਦੇ ਵਿੱਚ 1952 ਦੇ ਵਿੱਚ 1951 ਦੇ ਵਿੱਚ ਜਾਂ 1950 ਦੇ ਵਿੱਚ ਇਸ ਦਾ রাইਟ ਆਨਸਰ ਹੈ ਜੀ 1950 ਦੇ ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਨੈਕਸਟ ਹੈ ਕੁਐਸਚਨ ਨੰਬਰ 4 ਜਿਸ ਦੇ ਵਿੱਚ ਹੈ ਭਾਰਤ ਵਿੱਚ ਯੋਜਨਾ ਕਮਿਸ਼ਨ ਨੇ ਕਦੋਂ ਕੰਮ ਸ਼ੁਰੂ ਕੀਤਾ অপਸ਼ਨ ਹੈ 1953 1952 1951 ਜਾਂ 1950 ਇਸ ਦਾ রাইਟ ਆਨਸਰ ਹੈ ਜੀ 1950 51 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕੁਐਸਚਨ ਨੰਬਰ 5 ਹੈ ਜਿਸ ਦੇ ਵਿੱਚ ਹੈ ਕਿ ਭਾਰਤ ਵਿੱਚ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ ਆਪਸ਼ਨ ਹੈ ਪ੍ਰਧਾਨ ਮੰਤਰੀ ਵਿੱਤ ਮੰਤਰੀ ਰਾਸ਼ਟਰਪਤੀ ਜਾਂ ਗ੍ਰਹਿ ਮੰਤਰੀ ਇਸ ਦਾ ਰਾਈਟ ਆਨਸਰ ਹੈ ਜੀ ਪ੍ਰਧਾਨ ਮੰਤਰੀ ਨੈਕਸਟ ਕੁਐਸਚਨ ਦੇ 6 ਨੰਬਰ ਹੈ ਜਿਸ ਦੇ ਵਿੱਚ ਕੀ ਭਾਰਤ ਵਿੱਚ ਮੌਦ੍ਰਿਕ ਨੀਤੀ ਨੂੰ ਸਿੱਧੇ ਤੌਰ ਤੇ ਕੌਣ ਨਿਯੰਤਰਿਤ ਕਰਦਾ ਹੈ অপশন এ পাট সরকার वित्त विभाग भारतीय रिजर्व बैंक प्रधानमंत्री स्टेट बैंक ऑफ इंडिया दिस इज द राइट आंसर है जी ऑप्शन सेकंड है भारतीय रिजर्व बैंक क्वेश्चन नंबर 7 है जिसके बीच भारत में पहली 5 साल योजना का समाकाल की सी 1948 तो लेके 53 तक 1949 तो लेके 54 या 1950 तो लेके 55 या 1951 तो लेके 1900 10 ਜਵਾਬ ਇਸ ਦਾ ਰਾਈਟ ਆਨਸਰ ਹੈ ਜਿਹੜੀ ਪਹਿਲੀ 5 ਸਾਲਾ ਯੋਜਨਾ ਸੀ 1951 ਤੋਂ ਲੈ ਕੇ 1956 ਉਸ ਦਾ ਸਮਾਂਕਾਲ ਸੀ ਨੈਕਸਟ ਕੁਐਸਚਨ ਨੰਬਰ 8 ਹੈ ਜਿਸ ਦੇ ਵਿੱਚ ਹੈ ਕਿ ਸਧਾਰਨ ਕੀਮਤ ਵਿੱਚ ਨਿਰੰਤਰ ਅਤੇ ਅਧਿਕ ਵਾਧੇ ਨੂੰ ਕੀ ਕਿਹਾ ਜਾਂਦਾ ਹੈ ਸਧਾਰਨ ਕੀਮਤ ਵਿੱਚ ਨਿਰੰਤਰ ਅਤੇ ਅਧਿਕ ਵਾਧੇ ਨੂੰ ਕੀ ਕਿਹਾ ਜਾਂਦਾ ਹੈ ਵਪਾਰਕ ਚੱਕਰ মুদ্রਸਫੀਤੀ মুদ্রা ਅਸਫੀਤੀ ਜਾਂ ਸਥਿਰਤਾ ਇਹ ਇਸ ਦਾ ਰਾਈਟ ਆਨਸਰ ਹੈ ਜ ਜਿਹਨੂੰ ਅਸੀਂ ਕਹਿੰਦੇ ਜੀ মুদ্রਾ ਸਫਿਤੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 9 ਹੈ ਇਕਾਧਿਕਾਰ ਬਾਜ਼ਾਰ ਦੇ ਵਿੱਚ ਔਸ ਆਮਦਨ ਅਤੇ ਸੀਮਾਂਤ ਆਮਦਨ ਵਿੱਚ ਜਿਹੜਾ ਸਬੰਧ ਹੈ ਉਹ ਕੀ ਹੋਏਗਾ ਔਸ ਆਮਦਨ ਜਿਹੜੀ ਹੈ ਗ੍ਰੇਟਰ ਦਨ ਹੋਏਗੀ ਸੀਮਾਂਤ ਆਮਦਨ ਜਾਂ ਉਸ ਦੇ ਬਰਾਬਰ ਹੋਏਗੀ ਜਾਂ ਲੈਸਰ ਦਨ ਹੋਏਗੀ ਜਾਂ ਉਹਨਾਂ ਦੀ ਜਿਹੜੀ ਵੈਲਿਊ ਜ਼ੀਰੋ ਹੋਏਗੀ ਤੇ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਆਪਸ਼ਨ ਫਸਟ ਆਏਗੀ ਜਿਹੜੀ ਔਸਤ ਆਮਦਨ ਹੈ ਉਹ ਗ੍ਰੇਟਰ ਦਨ ਹੋਏਗੀ ਸੀਮਾਂਤ ਆਮਦਨ ਤੋਂ ਨੈਕਸਟ ਕੁਐਸਚਨ ਨੰਬਰ 10 ਹੈ ਜਿਸ ਦੇ ਵਿੱਚ ਹੈ ਕਿ ਉਪਭੋਗ ਉਪਭੋਗ ਖਰਚ ਅਤੇ ਆਮਦਨ ਦਾ ਜਿਹੜਾ ਅਨੁਪਾਤ ਹੈ ਉਹਨੂੰ ਕੀ ਕਹਿੰਦੇ ਆ ਡੈਸ਼ ਅਨੁਪਾਤ ਹੁੰਦਾ ਹੈ ਏ ਪੀ ਐਸ ਹੁੰਦਾ ਹੈ ਏ ਪੀ ਸੀ ਹੁੰਦਾ ਹੈ ਏ ਪੀ ਐਸ ਹੁੰਦਾ ਜਾਂ ਐਮ ਪੀ ਸੀ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਏ ਪੀ ਸੀ ਨੈਕਸਟ ਕੁਐਸਚਨ ਨੰਬਰ 11 ਹੈ ਜਿਸ ਦੇ ਵਿੱਚ ਉਪਭੋਗਤਾ ਸੁਰੱਖਿਆ ਐਕਟ ਕਦੋਂ ਲਾਗੂ ਹੋਇਆ ਸੀ অপਸ਼ਨ ਹੈ 1982 1984 1986 1988 ਇਸ ਦਾ ਰਾਈਟ ਆਨਸਰ ਹੈ ਜੀ 1986 ਦੇ ਵਿੱਚ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 12 ਜਿਸ ਦੇ ਵਿੱਚ ਹੀਟ ਲਿਖਿਆਂ ਵਿੱਚੋਂ ਕਿਹੜੇ ਗਵੰਡੀ ਮੂਲਕ ਦੀ ਮਨੁੱਖੀ ਵਿਕਾਸ ਦੇ ਮਾਮਲੇ ਵਿੱਚ ਵਧੀਆ ਪੇਸ਼ਕਾਰੀ ਹੈ तो ऑप्शन नंबर हैगा है, श्रीलंका पाकिस्तान नेपाल ਤੇ بنگਲਾਦੇਸ਼ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ श्रीलंका ਨੈਕਸਟ ਕੁਐਸਚਨ ਨੰਬਰ 13 ਜਿਸ ਦੇ ਵਿੱਚ ਭਾਰਤ ਵਿੱਚ ਕਰੰਸੀ ਜਾਰੀ ਕਰਨ ਦੀ ਅਥਾਰਟੀ ਕਿਸ ਦੇ ਕੋਲ ਹੈ ਵਿੱਤ ਕੰਪਨੀ ਨਵਾਰਡ ਵਪਾਰਿਕ ਬੈਂਕ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਥਿਸ ਆ ਰਾਈਟ ਆਨਸਰ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ ਨੈਕਸਟ ਕੁਐਸਚਨ ਨੰਬਰ 14 ਜਿਸ ਦੇ ਵਿੱਚ ਭਾਰਤ ਸਰਕਾਰ ਦੁਆਰਾ 1969 ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਆਪਸ਼ਨ ਹੈ ਜੀ 12 14 6 20 ਇਜ਼ ਅ ਰਾਈਟ ਆਨਸਰ ਹੈ ਜੀ 14 ਨੈਕਸਟ ਕੁਐਸਚਨ ਨੰਬਰ 15 ਭਾਰਤ ਸਰਕਾਰ ਦੁਆਰਾ 1980 ਵਿੱਚ ਕਿੰਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ ਆਪਸ਼ਨ ਹੈ 12 14 6 ਜਾਂ 20 ਇਜ਼ ਅ ਰਾਈਟ ਆਨਸਰ ਹੈ ਜੀ 6 ਨੈਕਸਟ ਕੁਐਸਚਨ ਹੈ ਸਰਕਾਰ ਦੀ ਆਮਦਨ ਖਰਚ ਅਤੇ ਕਰਜ਼ੇ ਸੰਬੰਧੀ ਜਿਹੜੀ ਨੀਤੀ ਹੈ ਨੀਤੀ ਕੀ ਕਹਾਉਂਦੀ ਹੈ ਮੌਦ੍ਰਿਕ ਸਰਕਾਰੀ ਯੋਜਨਾ ਜਾਂ ਰਾਜਕੋਸ਼ੀ ਇਸ ਦਾ ਰਾਈਟ ਆਨਸਰ ਜਿਹਨੂੰ ਕਿਹਾ ਜਾਂਦਾ ਜੀ ਰਾਜਕੋਸ਼ੀ ਨੈਕਸਟ ਕੁਐਸਚਨ ਨੰਬਰ 17 ਜਿਸ ਦੇ ਵਿੱਚ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਜਿਹੜੀ ਸਥਾਪਨਾਏ ਕਦੋਂ ਹੋਈ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ 1935 1947 1950 1951 ਇਸ ਦਾ ਰਾਈਟ ਆਨਸਰ ਹੈ ਜੀ 1935 ਦੇ ਵਿੱਚ ਔਰ ਨੈਕਸਟ ਕੁਐਸਚਨ ਨੰਬਰ 18 ਹੈ ਕਿ ਨਵਾੜ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1982 ਦੇ ਵਿੱਚ 1986 ਚ 1988 1999 ਇਸ ਦਾ ਰਾਈਟ ਆਨਸਰ ਹੈ ਜੀ 1982 ਦੇ ਵਿੱਚ ਕੀਤੀ ਗਈ ਸੀ ਔਰ ਨੈਕਸਟ ਕੁਐਸਚਨ ਨੰਬਰ ਹੈ ਜੀ 19 ਕਿਸ ਬੈਂਕ ਦੀਆਂ ਸ਼ਾਖਾਵਾਂ ਸਭ ਤੋਂ ਵਧ ਹਨ অপਸ਼ਨ ਹੈ ਜੀ SBI, SBOP ਤੇ IDBI ਤੇ PNB ਜਿਹੜਾ ਰਾਈਟ ਆਨਸਰ ਹੈ অপਸ਼ਨ 1st ਹੈ ਜੀ SBI ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਨੰਬਰ B ਹੈ ਜਿਸ ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ ਹੈ? অপਸ਼ਨ ਹੈ 1970 ਤੇ 69 ਦੇ ਵਿੱਚ 1969 ਜਾਂ 68 ਜਾਂ 1988 ਦੇ 67 ਦੇ ਵਿੱਚ 1966 ਜਾਂ 67 ਦੇ ਵਿੱਚ ਇਸ ਦਾ ਰਾਈਟ ਆਨਸਰ ਹੈ 1966 ਤੇ 67 ਦੇ ਵਿੱਚ ਹਰੀ ਕ੍ਰਾਂਤੀ ਦੀ ਜਿਹੜੀ ਸ਼ੁਰੂਆਤ ਹੋਈ ਸੀ ਨੈਕਸਟ ਕੁਐਸ਼ਨ ਹੈ ਕਿ ਹਰੀ ਕ੍ਰਾਂਤੀ ਦਾ ਸਬੰਧ ਹੈਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਹੈ ਦੁੱਧ ਦੇ ਨਾਲ ਹੈ ਫਸਲਾਂ ਦੇ ਨਾਲ ਹੈ ਦਰਖਤਾਂ ਦੇ ਨਾਲ ਹੈ ਉਦਯੋਗਾਂ ਦੇ ਨਾਲ ਹੈ ਨਾਲ ਹੈ ਇਸ ਦਾ ਰਾਈਟ ਆਨਸਰ ਹੈ ਜੀ ਇਸ ਦਾ ਜੋ ਸਬੰਧ ਫਸਲਾਂ ਦੇ ਨਾਲ ਹੈ ਨੈਕਸਟ ਕੁਐਸ਼ਨ ਨੰਬਰ 22 ਹੈ ਜਿਸ ਦੇ ਵਿੱਚ ਕੀ ਦਾਲਾਂ ਦੇ ਉਤਪਾਦਨ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਪਾਕਿਸਤਾਨ 네ਪਾਲ ਸ਼੍ਰੀਲੰਕਾ ਭਾਰਤ ਇਜ਼ ਦਾ ਰਾਈਟ ਆਨਸਰ ਆ ਜਾਏਗਾ ਜੀ ਭਾਰਤ ਨੈਕਸਟ ਕੁਐਸ਼ਨ ਹੈ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਡਾਕਟਰ ਨਾਰਮਨ ਬਰਲੌਗ ਡਾਕਟਰ ਬੀ ਆਨ ਅੰਬੇਡਕਰ ਇਜ਼ ਦਾ ਰਾਈਟ ਆਨਸਰ ਹੈ ਜੀ ਡਾਕਟਰ ਨਾਰਮਨ ਬਰਲੌਗ ਨੈਕਸਟ ਕੁਐਸਚਨ ਹੈ ਜੀ ICICI ਬੈਂਕ ਦੀ ਜਿਹੜੀ ਸਥਾਪਨਾ ਕਦੋਂ ਕੀਤੀ ਗਈ ਔਰ ਇਸ ਦੇ ਆਪਸ਼ਨ ਹੈ 1968 1958 1955 1951 ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਆਣਾ ਜੀ 1994 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਇਸ ਦਾ ਆਪਸ਼ਨ ਗਲਤ ਦਿੱਤਾ ਗਿਆ ਹੈ 1994 ਦੇ ਵਿੱਚ ICICI ਬੈਂਕ ਦੀ ਜੋ ਸਥਾਪਨਾ ਹੈ ਉਹ ਕੀਤੀ ਗਈ ਸੀ ਨੈਕਸਟ ਕੁਐਸਚਨ ਹੈ ਕਿ ਹੁਣ ਤੱਕ ਭਾਰਤ ਵਿੱਚ ਕਿੰਨੀਆਂ 5 ਸਾਲਾਂ ਯੋਜਨਾ ਮੁਕੰਮਲ ਹੋ ਚੁੱਕੀਆਂ ਹਨ ਇਸ ਦਾ ਰਾਈਟ ਆਨਸਰ ਹੈ ਜੀ 12 ਨੈਕਸਟ ਕੁਐਸਚਨ ਹੈ ਭਾਰਤ ਵਿੱਚ ਨਵੀਂ ਉਦਯੋਗਿਕ ਜੋ ਨੀਤੀ ਹੈ ਉਹ ਕਿਸ ਸਾਲ ਲਾਗੂ ਕੀਤੀ ਗਈ ਨਵੀਂ ਉਦਯੋਗਿਕ ਨੀਤੀ ਇਹ ਕਿਸ ਸਾਲ ਨਾਲ ਲਾਗੂ ਕੀਤੀ ਗਈ 1989 ਵਿੱਚ 1991 95 ਜਾਂ 2021 ਦਾ ਰਾਈਟ ਆਨਸਰ ਹੈ ਜੀ 1991 ਦੇ ਵਿੱਚ ਨੈਕਸਟ ਕੁਐਸਚਨ ਨੰਬਰ 27 ਹੈ ਜਿਸ ਦੇ ਵਿੱਚ ਹੈ ਕਿ ਲਘੂ ਉਦਯੋਗ ਵਿੱਚ ਜਿਹੜੀ ਨਿਵੇਸ਼ ਦੀ ਸੀਮਾ ਹੈ ਉਹ ਕੀ ਹੈ অপਸ਼ਨ ਹੈ 2 ਕਰੋੜ 3 ਕਰੋੜ 4 ਕਰੋੜ 5 ਕਰੋੜ ਇਸ ਦਾ ਰਾਈਟ ਆਨਸਰ ਹੈ ਜੀ 3 ਕਰੋੜ ਦੀ ਜਿਹੜੀ ਨਿਵੇਸ਼ ਸੀਮਾ ਹੈਗੀ ਹੈ ਲਘੂ ਉਦਯੋਗ ਦੀ ਨੈਕਸਟ ਕੁਐਸਚਨ ਹੈ ਭਾਰਤੀ ਭਾਰਤੀ ਦੀ ਨਵੀਂ ਉਦਯੋਗਿਕ ਨੀਤੀ ਲਾਗੂ ਕਰਨ ਸਮੇਂ ਭਾਰਤ ਦੇ ਵਿੱਤ ਮੰਤਰੀ ਕੌਣ ਸਨ ਡਾਕਟਰ ਮਨਮੋਹਨ ਸਿੰਘ ਰਾਜੀਵ ਗਾਂਧੀ ਅਰੁਣ ਜੇਟਲੀ ਨਿਰਮਲਾ ਸੀ타 ਰਮਨ ਇਸ ਦਾ ਰਾਈਟ ਆਨਸਰ ਹੈ ਜੀ ਡਾਕਟਰ ਮਨਮੋਹਨ ਸਿੰਘ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਨਿਰਯਾਤ ਕਿਹੜਾ ਹੈ ਮਸ਼ੀਨਰੀ ਪੈਟਰੋਲ ਪਟਸਨ ਜਾਂ ਕਨਕ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਜੋ ਨਿਰਯਾਤ ਹੈ ਕੁਐਸਚਨ ਨੰਬਰ 29 ਹੈ ਇਹ ਆ ਜਾਏਗਾ ਜੀ ਪਟਸਨ ਨੈਕਸਟ ਕੁਐਸਚਨ ਹੈ ਹੇਟ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਆਯਾਤ ਕਿਹੜਾ ਹੈ ਜਿਹੜੀ ਚੀਜ਼ ਅਸੀਂ ਬਾਹਰੋਂ ਮੰਗਵਾਨੇ ਆਯਾਤ ਪਟਸਨ ਚਾ ਦਾਲਾਂ ਮਸ਼ੀਨਰੀ ਦੇ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਮਸ਼ੀਨਰੀ ਨੈਕਸਟ ਕੁਐਸਚਨ ਹੈ ਭਾਰਤੀ ਯੋਜਨਾ ਕਮਿਸ਼ਨ ਦੀ ਥਾਂ ਹੁਣ ਭਾਰਤ ਵਿੱਚ ਕਿਸ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਭਾਰਤੀ ਯੋਜਨਾ ਕਮਿਸ਼ਨ ਦੀ ਥਾਂ ਹੁਣ ਕਿਹੜੀ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਵਿੱਤ ਕਮਿਸ਼ਨ ਨੀਤੀ ਆਯੋਗ ਐਲ ਪੀ ਜੀ ਆਯੋਗ ਜਾਂ ਇਨ੍ਹਾਂ ਵਿੱਚ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਨੀਤੀ ਆਯੋਗ ਆਪਸ਼ਨ 2 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਕਿਸ ਪ੍ਰਾਂਤ ਵਿੱਚ ਜੂਨ 1900 ਸੋਰੀ ਜੂਨ 2019 ਵਿੱਚ ਦਿਮਾਗੀ ਬੁਖਾਰ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਆਪਸ਼ਨ ਹੈ ਹਰਿਆਣਾ ਮਿਜ਼ਰਮ ਬਿਹਾਰ ਕੇਰਲਾ ਇਜ਼ ਦਾ ਰਾਈਟ ਆਨਸਰ ਹੈ ਜੀ ਬਿਹਾਰ ਨੈਕਸਟ ਕੁਐਸਚਨ ਨੰਬਰ 33 ਹੈ ਜਿਸ ਦੇ ਵਿੱਚ ਕਿ ਸਮੁੰਦਰੀ ਜਹਾਜ਼ਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿਹੜਾ ਹੈ ਦਿੱਲੀ ਜੈਪੁਰ ਚੰਡੀਗੜ੍ਹ ਵਿਸ਼ਾਖਾਪਟਨਾਮ ਇਜ਼ ਦਾ ਰਾਈਟ ਆਨਸਰ ਆ ਜਾਏਗਾ ਜੀ ਵਿਸ਼ਾਖਾਪਟਨਾਮ ਨੈਕਸਟ ਕੁਐਸ਼ਨ ਨੰਬਰ 34 ਹੈ ਜਿਸ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਦਾ ਜਿਹੜਾ ਮੁੱਖ ਦਫਤਰ ਹੈ ਉਹ ਕਿੱਥੇ ਹੈ অপਸ਼ਨ ਹੈ ਨਵੀਂ ਦਿੱਲੀ ਚੰਨਈ ਮੁੰਬਈ ਵਿਸ਼ਾਖਾਪਟਨਮ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਮੁੰਬਈ ਨੈਕਸਟ ਕੁਐਸ਼ਨ ਹੈ 1 ਰੁਪਏ ਦੇ ਨੋਟ ਉੱਪਰ ਕਿਸ ਦੇ ਅਸਟਾਖਸ਼ਰ ਹੁੰਦੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹੈ ਜੀ ਗਵਰਨਰ ਆਰਬੀਆਈ ਵਿੱਤ ਸਕੱਤਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਇਸ ਦਾ ਰਾਈਟ ਆਨਸਰ ਹੈ ਜੀ ਵਿੱਤ ਸਕੱਤਰ ਦੇ ਸਾਈਨ ਹੁੰਦੀ ਹੈ ₹1 ਦੇ ਨੋਟ ਦੇ ਤੋਂ ਨੈਕਸਟ ਪਾਰਟ ਅਸੀਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜਰੂਰ ਕਰਨਾ ਧੰਨਵਾਦ ਜੈ ਹਿੰਦ